ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਜੋ ਵੀਡੀਓ ਬਣਾਉਣ ਦਾ ਮਕਸਦ ਹੈ ਉਸ ਦੇ ਵਿੱਚ ਪੰਜਾਬੀ ਮਾਸਟਰ ਗ੍ਰੇਡਰ ਜੋ 2023 24 ਦੇ ਵਿੱਚ ਪੋਸਟਾਂ ਆਉਣਗੀਆਂ ਜਿਨ੍ਹਾਂ ਨੇ ਪੀਐਸਟ ਕਲੀਅਰ ਕਰ ਲਿਆ ਉਹਨਾਂ ਨਾਲ ਇੱਕ ਪ੍ਰੋਮਿਸ ਕੀਤਾ ਸੀ ਕਿ ਤੁਹਾਨੂੰ ਆਨਲਾਈਨ ਫ੍ਰੀ ਕੋਚਿੰਗ ਇਸ ਚੈਨਲ ਦੇ ਉੱਪਰ ਦਿੱਤੀ ਜਾਵੇਗੀ ਸੋ ਸਾਡੇ ਵੱਲੋਂ ਇਹ ਚੀਜ਼ੇ ਸਟਾਰਟ ਹੋਣ ਜਾ ਰਹੀ ਹੈ ਸੋ ਅੱਜ ਮੈਂ ਸਿਲੇਬਸ ਤੁਹਾਡੇ ਨਾਲ ਪਹਿਲਾਂ ਡਿਸਕਸ ਕਰ ਲਾਂ ਕਿਉਂਕਿ ਜੋ ਆਪਾਂ ਹੁਣ ਤੱਕ ਦਾ ਜਿਹੜਾ ਸਿਲੇਬਸ ਹੈ ਇਹੀ ਚੱਲ ਰਿਹਾ ਹੈ ਜਿਸ ਦੇ ਵਿੱਚ ਕੋਈ ਚੇਂਜ ਵੀ ਆਊਗਾ ਤਾਂ ਨੈਕਸਟ ਉਹ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੀ ਰਾਵਾਂਗੀ ਸੋ ਏਸੀ ਵੀਡੀਓ ਅੱਜ ਪਹਿਲਾ ਦਿਨ ਹੈ ਤਾਂ ਪਹਿਲਾਂ ਮੈਂ ਤੁਹਾਨੂੰ ਸਿਲੇਬਸ ਦੱਸ ਦਿੰਨੀ ਆ ਤਾਂ ਉਸ ਤੋਂ ਬਾਅਦ ਈਵਨਿੰਗ ਟਾਈਮ 7 ਵਜੇ ਤੋਂ 9 ਵਜੇ ਦੇ ਵਿੱਚ ਵਿੱਚ ਤਾਂ 8 ਵਜੇ ਤੱਕ ਕੋਸ਼ਿਸ਼ ਹੋਇਆ ਕਰੂਗੀ ਹਰ ਦਿਨ ਅਸੀਂ ਇੱਕ ਵੀਡੀਓ ਬਣਾ ਕੇ ਹਰ ਟੌਪਿਕ ਦੇ ਉੱਪਰ ਜੋ ਸਿਲੇਬਸ ਦਾ ਪਾਰਟ ਹੈ ਇਹਨੂੰ ਸੀਕਵੈਂਸ ਦੇ ਵਿੱਚ ਸਟਾਰਟ ਕਰਾਂਗੇ ਜਿਵੇਂ ਪਹਿਲਾ ਭਾਗ ਕਵਿਤਾ ਭਾਗ ਹੈ ਜਿਦੇ ਵਿੱਚ ਆਧੁਨਿਕ ਕਵੀ ਹੈ ਤੇ ਇਹਦੇ ਵਿੱਚ 16 ਕਵੀ ਹੈ ਤਾਂ ਕੋਸ਼ਿਸ਼ ਹੋਇਆ ਕਰੂਗੀ ਵੀ ਹਰ ਦਿਨ ਤੁਹਾਨੂੰ ਦੋ ਕਵੀ ਕੰਪਲੀਟ ਕਰਵਾਏ ਜਾਣ ਪ੍ਰੋਪਰ ਤਰੀਕੇ ਨਾਲ ਕਰਾਏ ਜਾਣ ਜਿਸ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਹਰ ਤਰ੍ਹਾਂ ਦੀ ਉਹਨਾਂ ਦੇ ਨਾਲ ਜੁੜੀ ਹੋਈ ਜਾਣਕਾਰੀ ਜੋ ਪੁਰਾਣੇ ਪੇਪਰਾਂ ਦੇ ਵਿੱਚ ਉਹਨਾਂ ਦੇ ਨਾਲ ਸੰਬੰਧੀ ਸਵਾਲ ਆਏ ਆ ਉਹ ਵੀ ਤੇ ਨਾਲ ਹੋਰ ਵੀ ਬਹੁਤ ਇੰਪੋਰਟੈਂਟ ਜਾਣਕਾਰੀ ਜੋ ਉਹਨਾਂ ਦੇ ਨਾਲ ਜੁੜੀ ਹੋਈ ਹੈ ਤਾਂ ਜੋ ਤੁਹਾਡਾ ਕਿਸੇ ਪੱਖ ਤੋਂ ਕਮੀ ਨਾ ਰਵੀ ਸੋ ਇਸ ਨੂੰ ਅਸੀਂ ਹਰ ਰੋਜ਼ ਇੱਕ ਵੀਡੀਓ ਅਪਲੋਡ ਈਵਨਿੰਗ ਟਾਈਮ ਸੈਸ਼ਨ ਦੇ ਵਿੱਚ ਕਰਿਆ ਕਰਾਂਗੇ ਜੇ ਮਾਰਨਿੰਗ ਕੋਸ਼ਿਸ਼ ਹੁੰਦੀ ਆ ਤਾਂ ਉਹਦੀ ਤੁਹਾਨੂੰ ਇਨਫੋਰਮੇਸ਼ਨ ਵੀ ਨਾਲ ਨਾਲ ਦੇ ਦਿਆਂਗੇ ਬਾਕੀ ਬਟ ਕੋਸ਼ਿਸ਼ ਇਹੀ ਹੈ ਵੀ ਈਵਨਿੰਗ 6 ਵਜੇ ਤੋਂ ਬਾਅਦ ਹੀ ਜਿਹੜਾ ਤੁਹਾਨੂੰ ਹਰ ਰੋਜ਼ ਇੱਕ ਵੀਡੀਓ ਮਿਲਿਆ ਕਰੇਗੀ ਸੋ ਅਸੀਂ ਸਭ ਤੋਂ ਪਹਿਲਾਂ ਗੱਲ ਸਿਲੇਬਸ ਦੀ ਕਰਦੇ ਆਂ ਫਿਰ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸ ਦੂੰਗੀ ਅਸੀਂ ਕਿਵੇਂ-ਕਿਵੇਂ ਤੁਹਾਡੇ ਨਾਲ ਸਿਲੇਬਸ ਡਿਸਕਸ ਕਰਾਂਗੇ ਸੋ ਪਹਿਲਾ ਭਾਗ ਦੇ ਵਿੱਚ ਆਧੁਨਿਕ ਕਵੀ ਨੇ ਜਿਸ ਦੇ ਵਿੱਚ 16 ਕਵੀ ਆ ਜਿਸ ਨੂੰ ਆਪਾਂ 2-2 ਕਰਕੇ ਹਰ ਦਿਨ ਕੰਪਲੀਟ ਕਰਾਂਗੇ ਤੇ ਇਹ ਆਪਣਾ 8 ਦਿਨਾਂ ਦੇ ਵਿੱਚ ਸਿਲੇਬਸ ਕਵਰ ਹੋ ਜਾਏਗਾ ਕਵਿਤਾ ਭਾਗ ਦਾ ਜਿਹਦੇ ਵਿੱਚ ਭਾਈ ਵੀਰ ਸਿੰਘ ਤੇ ਤਨੀ RAM ਚਾਤਰੀਕ ਦੀ ਵੀਡੀਓ ਅੱਜ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਾਂਗੇ ਤੇ ਕੱਲ ਜਿਹੜਾ ਆਪਣਾ ਹੋਵੇਗਾ ਉਸ ਦੇ ਵਿੱਚ ਪੂਰਨ ਸਿੰਘ ਤੇ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਪੜਾਂਗੇ ਉਵੇਂ ਹੀ ਨੈਕਸਟ ਡੇ ਆਪਾਂ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਵਲੀ ਤਾਂ ਇਹ ਜਿਵੇਂ ਜਿਵੇਂ ਤੁਹਾਡਾ ਸਿਲੇਬਸ ਹੈ ਉਵੇਂ ਉਵੇਂ ਹੀ ਆਪਾਂ ਇਹਨੂੰ ਕੰਪਲੀਟ ਕਰਾਂਗੇ ਤੇ ਪੂਰੀ ਕੋਸ਼ਿਸ਼ ਹੈ ਵੀ ਇਸ ਮੰਥ ਦੇ ਵਿੱਚ ਇਹਨੂੰ ਆਪਾਂ ਕੰਪਲੀਟ ਕਰਕੇ ਤੇ ਦੁਬਾਰਾ ਰਿਵੀਜ਼ਨ ਵੀ ਸ਼ੁਰੂ ਕਰ ਦੇਾਂਗੇ ਸੋ ਪਹਿਲੇ ਭਾਗ ਦੇ ਵਿੱਚ ਇਹ ਤੁਸੀਂ ਨੋਟ ਕਰ ਸਕਦੇ ਹੋ ਆਪਣੇ 16 ਕਵੀ ਦੂਸਰੇ ਭਾਗ ਦੇ ਵਿੱਚ ਗੁਰਮਤਕਾਵ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਤੇ ਪਾਈ ਗੁਰਦਾਸ ਜੀ ਇਹ ਦੋ ਦਿਨਾਂ ਦੇ ਵਿੱਚ ਕਵਰ ਹੋ ਜਾਣਗੇ ਨੈਕਸਟ ਸੂਫੀ ਕਾਵ ਦੇ ਵਿੱਚ ਸ਼ੇਖ ਫਰੀਦ ਜੀ ਤੇ ਸ਼ਾਹ ਉਫਸਨ ਤੇ ਬੁੱਲੇ ਸ਼ਾ ਇਹ ਵੀ ਆਪਾਂ ਦੋ ਦਿਨਾਂ ਦੇ ਵਿੱਚ ਕਵਰ ਕਰ ਲਾਂਗੇ ਕਿਤਾ ਕਾ ਕਿੱਸਾ ਸੋਰੀ ਇਹਨਾਂ ਨੇ ਗਲਤ ਲਿਖਿਆ ਹੋਇਆ ਕਿੱਸਾ ਕਾਵ ਹੈ ਇਹ ਸਹੀ ਕਰ ਲਿਓ ਤੁਸੀਂ ਇਸ ਸਿਲੇਬਸ ਦੇ ਵਿੱਚ ਹੀ ਲਿਖਿਆ ਹੋਇਆ ਹੈ ਵਾਰਿਸ਼ਾ ਪੀਲੂ ਹਾਸ਼ਮ ਸ਼ਾ ਕਾਦਰ ਯਾਰ ਦਮੋਦਰ ਤੇ ਹਾਫਿਜ਼ ਬੁਰਖਰਦਾਰ ਇਸ ਨੂੰ ਵੀ ਆਪਾਂ 4 ਤੋਂ 5 ਦਿਨਾਂ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਥੋੜੀਆਂ ਲੰਬੀਆਂ ਜ਼ਰੂਰ ਹੋਣਗੀਆਂ ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਇਸ ਤੋਂ ਨੋਟਸ ਵੀ ਬਣਾ ਸਕਦੇ ਹੋ ਤੇ ਆਪਣੀ ਰਿਵੀਜ਼ਨ ਵੀ ਕਰ ਸਕਦੇ ਹੋ ਤੇ ਉੱਥੋਂ ਸਟੱਡੀ ਵੀ ਕਰ ਸਕਦੇ ਹੋ ਬੀਰ ਕਾਂਬ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾ ਮੁਹੰਮਦ ਨਜਾਬਤ ਇਹ ਵੀ ਆਪਾਂ 2 ਜਾਂ 3 ਦਿਨਾਂ ਦੇ ਵਿੱਚ ਕਵਰ ਕਰ ਲਾਂਗੇ ਜਿਵੇਂ ਜਿਵੇਂ ਆਪਣੇ ਕੰਟੀਨਿਊ ਆਪਾਂ ਲੈਕਚਰ ਪਾਉਂਦੇ ਰਵਾਂਗੇ ਛੇਵੇਂ ਭਾਗ ਦੇ ਵਿੱਚ ਵਾਰਤਿਕ ਭਾਗ ਹੈ ਜਿਸ ਦੇ ਵਿੱਚ ਗਿਆਨੀ ਦਿੱਤ ਸਿੰਘ ਪੰਡਿਤ ਸਰਦਾ ਰਾਮ ਫਲੋਰੀ ਬਿਹਾਰੀ لال ਪੁਰੀ ਇਹ ਸਾਰੇ ਤੁਸੀਂ ਸਕਰੀਨ ਦੇ ਉੱਪਰ ਨਾਂ ਪੜ੍ਹ ਲਓ ਇਹ ਇਹ ਵਾਰਤਿਕ ਭਾਗ ਦੇ ਵਿੱਚ ਨੇ ਸੋ ਇਹਨਾਂ ਨੂੰ ਆਪਾਂ ਜਦੋਂ ਵੀਰ ਕਾਪ ਤੋਂ ਬਾਅਦ ਡਿਸਕਸ ਕਰਾਂਗੇ ਨੈਕਸਟ ਕਹਾਣੀਆਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਆ ਕਹਾਣੀਆਂ ਦੇ ਵਿੱਚੋਂ ਵੀ ਇਹ ਜਿਹੜੇ ਨਵੇਂ ਵੀ ਕੁਝ ਐਡ ਹੋਏ ਨੇ ਤੇ ਕਾਫੀ ਕੁਐਸਚਨ ਇਹਦੇ ਪਾਰਟ ਦੇ ਵਿੱਚੋਂ ਬਹੁਤ ਜ਼ਿਆਦਾ ਆਉਂਦੇ ਨੇ ਜਿਵੇਂ ਨਾਨਕ ਸਿੰਘ ਆ ਨਵਤੇਜ ਸਿੰਘ ਇਹਨਾਂ ਨੂੰ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਦੋ ਦੋ ਕਰਕੇ ਕੰਪਲੀਟ ਕਰ ਲਾਂਗੇ ਜੇ ਆਪਣੀ ਕੋਸ਼ਿਸ਼ ਹੋਊਗੀ ਜੇ ਕਿਸੇ ਬਾਰੇ ਜ਼ਿਆਦਾ ਜਾਣਕਾਰੀ ਹੈਗੀ ਆਪਣੇ ਕੋਲੇ ਜਾਂ ਉਹਨਾਂ ਦੀਆਂ ਸਾਹਿਤਿਕ ਰਚਨਾਵਾਂ ਜ਼ਿਆਦਾ ਨਹੀਂ ਤਾਂ ਉਹ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਇੱਕ ਦਿਨ ਦੇ ਵਿੱਚ ਇੱਕ ਜਾਨੇ ਨੂੰ ਹੀ ਕੰਪਲੀਟ ਕਰਾਂਗੇ ਆ ਕੰਗੀਆਂ ਦੇ ਵਿੱਚ ਵੀ ਘੱਟ ਹੀ ਨੇ ਆ ਪੰਜ ਹੀ ਨੇ ਤਾਂ ਇਹ ਵੀ ਆਪਾਂ ਦੋ ਤਿੰਨ ਦਿਨਾਂ ਦੇ ਵਿੱਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਅੱਗੇ ਨਾਵਲ ਕਰ ਨਾਨਕ ਸਿੰਘ ਗੁਰਦਿਆਲ ਸਿੰਘ ਜਸਵੰਤ ਸਿੰਘ ਕਮਲ ਪ੍ਰੀਤਿਮਾ ਅੰਮ੍ਰਿਤਾ ਪ੍ਰੀਤਮ ਨਿਰੰਜਨ ਤਸਲੀਮ ਇਹਨਾਂ ਬਾਰੇ ਪੜਾਂਗੇ ਆਫਟਰ ਦੈਨ ਆਪਾਂ ਨਾਟਕ ਬਾਰੇ ਪੜਾਂਗੇ ਕੋਸ਼ਿਸ਼ ਕਰਾਂਗੇ ਕਾਂਗੀ ਦੇ ਨਾਟਕ ਨੂੰ ਆਪਾਂ ਪੈਰਲਰ ਚਲਾ ਲਾਂਗੇ ਇਹ ਵੀ ਬਹੁਤ ਇਜ਼ੀ ਆਪਾਂ ਨੂੰ ਹੋ ਜਾਏਗਾ ਨੈਕਸਟ 11 ਪਾਰਟ ਦੇ ਵਿੱਚ ਸਪੈ ਜੀ ਬਣੀਆਂ ਇਸ ਦੇ ਵਿੱਚ ਰਾਈਟਰ ਦੇ ਆਪਾਂ ਬੇਸਿਕ ਜਾਣਕਾਰੀ ਤਾਂ ਆਪਾਂ ਕਹਾਣੀਆਂ ਜਾਂ ਕਾਂਗੀਆਂ ਚ ਪੜੀ ਹੋਵੇਗੀ ਸੋ ਆਪਾਂ ਅੱਗੇ ਇਹਨਾਂ ਦੀ ਰਚਨਾਵਾਂ ਇਸ ਦੇ ਵਿੱਚ ਪੜ ਲਾਂਗੇ 12 ਨੰਬਰ ਤੇ ਸਾਹਿਤ ਦੇ ਪਿੰਨ ਪਿੰਨ ਰੂਪ ਉਹਨਾਂ ਦੇ ਪਰ ਚਰਚਾ ਕਰਾਂਗੇ ਜਿਸੇ ਵੱਖਰੇ ਵੱਖਰੇ ਪਾੜ ਨੇ ਕਵਿਤਾ ਕਾਂਗੀ ਨਾਵਲ ਜੋ ਵੀ ਵੱਖਰੀਆਂ ਵੱਖਰੀਆਂ ਵਿਧਾਵਾਂ ਨੇ ਉਹ ਸਾਰੀਆਂ ਆਪਾਂ ਡਿਸਕਸ ਕਰਾਂਗੇ 13 ਨੰਬਰ ਦੇ ਵਿੱਚ ਪੰਜਾਬੀ ਲੋਕ ਸਾਹਿਤ ਦੇ ਪਿੰਨ-ਪਿੰਨ ਰੂਪਾਂ ਬਾਰੇ ਪੜਾਂਗੇ ਇਹ ਵੀ ਕਾਫੀ ਲੰਮਾ ਟੌਪਿਕ ਹੈ ਇਸ ਤੇ ਵੀ ਆਪਾਂ ਨੂੰ ਕਾਫੀ ਦਿਨ ਲੱਗ ਜਾਣਗੇ 14ਵੇਂ ਪਾਠ ਚ ਪੰਜਾਬੀ ਸੱਭਿਆਚਾਰ ਦੇ ਸੰਬੰਧ ਵਿੱਚ ਕਹੂੰਗੀ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਕਾਫੀ ਅੱਗੇ ਵੰਨਗੀਆਂ ਤੁਹਾਡੇ ਨਾਲ ਉਹ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਨੈਕਸਟ ਜਿਹੜਾ ਲਾਸਟ ਪਾਰਟ ਆ ਗਿਆ ਪੰਜਾਬੀ ਵਿਆਕਰਨ ਸੋ ਵਿਆਕਰਨ ਨੂੰ ਟੈਕਨੀਕਲੀ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਭਾਸ਼ਾ ਜਾਂ ਬੋਲੀ ਉਸੀਆਂ ਕਿਸਮਾਂ ਵਿਆਕਰਨ ਦੇ ਭਾਗ ਧੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਵਿਸ਼ਰਾਮ ਚਿੰਨ ਪੰਜਾਬੀ ਸ਼ਬਦ ਜੋੜ ਮੁਹਾਵਰੇ ਅਖਾਣ ਤੇ ਪੰਜਾਬੀ ਦੀਆਂ ਉਪਿਪਸ਼ਾਵਾਂ ਇਹ ਜਿਹੜਾ ਪਾਰਟ ਹੈ ਤੁਹਾਡੇ ਦੂਸਰੇ ਪੇਪਰਾਂ ਲਈ ਵੀ ਇੰਪੋਰਟੈਂਟ ਹੈ ਜਿਵੇਂ ਤੁਸੀਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਮੋਸਟਲੀ ਇਸ ਦੇ ਵਿੱਚੋਂ ਬਹੁਤ ਕੁਐਸਚਨ ਆਉਂਦੇ ਆ ਤਾਂ ਪੰਜਾਬੀ ਮਾਸਟਰ ਕੈਡਰ ਦੇ ਵਿੱਚ ਤਾਂ ਇਹ ਹੈਲਪਫੁਲ ਹੋਈ ਗਈ ਤੇ ਤੁਹਾਡੇ ਜੇ ਬਾਕੀ ਸਾਥੀ ਹੋਰ ਟੈਸਟਾਂ ਦੀ ਤਿਆਰੀ ਕਰ ਰਹੇ ਜਾਂ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਇਸ ਦੇ ਵਿੱਚ ਅਨਦਰ ਸਬਜੈਕਟਾਂ ਦੀ ਵੀ ਤਿਆਰੀ ਤੁਹਾਡੀ ਈਜ਼ੀ ਹੋ ਜਾਏਗੀ ਸੋ ਇਹ ਮੈਂ ਤੁਹਾਡੇ ਨਾਲ ਸਿਲੇਬਸ ਨੂੰ ਡਿਸਕਸ ਕਰਦਾ ਤਾਂ ਸੋ ਅੱਜ ਈਵਨਿੰਗ ਤੁਹਾਡੀ ਫਰਸਟ ਵੀਡੀਓ ਇਸ ਚੈਨਲ ਤੇ ਅਪਲੋਡ ਹੋ ਜਾਏਗੀ ਜਿਸ ਦੇ ਵਿੱਚ ਆਪਾਂ ਅੱਜ ਸ਼ਾਮ ਨੂੰ ਬਿਲਕੁਲ ਸਟਾਰਟਿੰਗ ਤੋਂ ਹੀ ਸ਼ੁਰੂਆਤ ਕਰਨ ਜਾ ਰਹੀ ਆ ਭਾਈ ਵੀਰ ਸਿੰਘ ਤੇ ਤੰਨੀ ਰਾਮ ਛਾਤਰੀ ਇੱਕ ਬਾਰੇ ਅੱਜ ਆਪਾਂ ਪੜਾਂਗੇ ਤੇ ਉਸੇ ਵੀਡੀਓ ਤੁਹਾਡੇ ਨਾਲ ਇਸ ਚੈਨਲ ਦੇ ਉੱਪਰ ਟਾਈਮ ਟਾਈਮ ਸਰ ਦੇ ਨਾਲ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਵਿੱਚ ਆਪਾਂ ਸ਼ਾਮ ਦਾ ਹੀ ਟਾਈਮ ਰੱਖਿਆ ਕਿਉਂਕਿ ਉਹ ਟਾਈਮ ਫ੍ਰੀ ਹੁੰਦਾ ਹੈਗਾ ਤਾਂ ਆਪਾਂ ਈਜ਼ੀਲੀ ਤਿਆਰੀ ਕਰ ਸਕਦੇ ਹਾਂ ਤੇ ਦਿਨ ਦੇ ਟਾਈਮ ਤੁਸੀਂ ਰਿਵੀਜ਼ਨ ਕਰੋਗੇ ਸੋ ਸਾਰਿਆਂ ਨਾਲ ਇੱਕ ਛੋਟੀ ਜਿਹੀ ਰਿਕਵੈਸਟ ਵੀ ਹੈ ਸਾਰਿਆਂ ਨੂੰ ਵੀ ਤੁਸੀਂ ਆਪਣੇ ਸਾਥੀਆਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਜੋ ਪੰਜਾਬੀ ਮਾਸਟਰ ਕ੍ਰੈਡਰ ਦੀ ਤਿਆਰੀ ਕਰ ਰਹੇ ਨੇ ਤੇ ਉਹ ਸਾਡੇ ਨਾਲ ਰੈਗੂਲਰ ਜੁੜ ਸਕਦੇ ਨੇ ਤਾਂ ਜੋ ਤੁਸੀਂ ਟਾਈਮ ਦੇ ਨਾਲ ਹਰ ਤਰ੍ਹਾਂ ਦੇ ਟੌਪਿਕ ਇੱਥੋਂ ਕਵਰ ਕਰਦੇ ਰھوں ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ